ਮੁਬਾਰਕ ਤੇ ਮੁਸਤਕ ਹਨ ਜਿਨ੍ਹਾਂ ਨੇ ਆਪ ਜੀ ਨੂੰ ਇਸ ਅੱਛੇ ਰਸਤੇ ਤੇ ਪਾਇਆ ਹੈ। ਦਸਤਾਰ ਬਾਰੇ ਆਪ ਜੀ ਨੂੰ ਮੈਂ ਕਹਿਣਾ ਸੀ ਕਿ ਦਸਤਾਰ ਬੰਨੀ ਸਾਡੇ ਵਾਸਤੇ ਕਿਉਂ ਜ਼ਰੂਰੀ ਹੈ। ਇਹ ਸਿੱਖੀ ਦਾ ਤਾਜ ਹੈ ਜਿਸ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਸਰਬੰਸ ਦਾ ਜੋ ਖੂਨ ਸਿੱਖ ਨੂੰ ਅਗਰ 10,000 ਦਾ ਕਿਤੇ ਇਕੱਠ ਹੈ ਤੇ ਵੀ ਦੋ ਸਿੰਘ ਦਸਤਾਰ ਬਣ ਕੇ ਜੋ ਖੜੇ ਹਨ ਤੇ ਗੁਰੂ ਨਜ਼ਰ ਪੈ ਜਾਂਦੀ ਹੈ। ਦੋ ਸਿੰਘ ਇਸ 10,000 ਦੇ ਇਕੱਠ ਮੌਜੂਦ ਹਨ। ਇੱਕ ਬਹੁਤ ਵੱਡਾ ਜੋ ਹੈ ਮਹੱਤਵ ਹੈ ਕਿ ਆਪ ਜੀ ਨੂੰ ਜਿਸ ਤਰ੍ਹਾਂ ਕਿ ਸਪੈਂਡ ਫਸਟ ਸੈਕੰਡ ਥਰਡ ਚਾਰੇ ਗਰੁੱਪਾਂ ਚੋਂ 12 ਬੱਚੇ ਜੋ ਉਹਨਾਂ 12 ਬੱਚਿਆਂ ਨੂੰ ਦਸਤਾਰਾਂ ਜੋ ਹਨ ਉਹ ਆਪ ਜੀ ਕੇ 12 ਦਸਤਾਰਾਂ ਆਪਣੇ ਆਪਣੇ ਜਿੰਨੇ ਜਿੰਨੇ ਮੀਟਰ ਦੀ ਆਪ ਜੀ ਦਸਤਾਰ ਬੰਦੇ ਹੋ ਜਿਹੜਾ ਰੰਗ ਆਪ ਜੀ ਨੂੰ ਪਸੰਦ ਹੈ 12 ਦਸਤਾਰਾਂ ਆਪ ਜੀ ਨੂੰ ਲੈ ਲਓਗੇ ਤੇ ਦਾਸ ਉੱਥੇ ਜਾ ਕੇ ਉਹ 12 ਦੀ ਕਮੇਟੀ ਨੇ ਰੱਖਿਆ ਹੈ। ਇੱਕ ਸ਼ਲਾਘਾਯੋਗ ਕਦਮ ਹੈ ਕਿਉਂਕਿ ਸਾਡੇ ਬੱਚੇ ਜਿਹੜੇ ਹੈ ਪਗੜੀਆਂ ਅਕਸਰ ਬੰਨਦੇ ਹਨ, ਲੇਕਿਨ ਅਗਰ ਕੰਪੀਟੀਸ਼ਨ ਦਾ ਜਾਂ ਇਸ ਤਰ੍ਹਾਂ ਦਾ ਕੋਈ ਐਗਜ਼ਾਮ ਜਿਹੜਾ ਬੱਚੇ ਨੂੰ ਦਿੱਤਾ ਜਾਏ ਤੇ ਬੱਚੇ ਸ਼ੌਂਕ ਦੇ ਨਾਲ ਪਗੜੀ ਬੰਨਦੇ ਹਨ। ਹਰ ਬੱਚਾ ਕੋਸ਼ਿਸ਼ ਕਰਦਾ ਹੈ ਕਿ ਮੈਂ ਵਧੀਆ ਤੋਂ ਵਧੀਆ ਪਗੜੀ ਬੰਨਾਂ ਅਤੇ ਪਗੜੀ ਬੰਨਣ ਦੀ ਜਾਂਚ ਸਿੱਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਕਰਕੇ ਅੱਜ ਡਾਕਟਰ ਸਾਹਿਬ ਸਾਡੇ ਵੀ ਜਿਹੜੇ ਆਏ ਨੇ ਅਤੇ ਵੀਰ ਸੁਰਜਨ ਸਿੰਘ ਜੀ, ਮਾਸਟਰ ਬਲਵੀਰ ਸਿੰਘ ਜੀ, ਮੈਂ ਕਹਿੰਦਾ ਕਿ ਇਹਨਾਂ ਨੇ ਜਿਹੜੀ ਪਗੜੀ ਦੀ ਇਸ ਰਸਮ ਦੇ ਨਾਲ ਜਿਹੜਾ ਇਹਨਾਂ ਨੇ ਪੜ੍ਹਾਈ ਦਾ ਤਰੀਕਾ ਦੱਸਿਆ ਕਿ ਜਿਹੜੇ ਬੱਚੇ ਸੁਪਰ ਇੰਟੈਲੀਜੈਂਟ IAS IPS ਕਰਦੇ ਹਨ ਉਹ ਬੱਚੇ ਕਿਸ ਤਰ੍ਹਾਂ ਪੜ੍ਹਦੇ ਹਨ, ਉਹਨਾਂ ਦੇ ਪੇਰੈਂਟ ਉਹਨਾਂ ਨੂੰ ਕਿਸ ਤਰ੍ਹਾਂ ਗਾਈਡ ਕਰਦੇ ਹਨ, ਉਹ ਚੀਜ਼ ਜਿਹੜੀ ਹੈ ਇਹਨਾਂ ਨੇ ਦੱਸੀ ਹੈ ਕਿ ਅਗਰ 5 ਕੁਸ਼ਚਨ ਤੁਸੀਂ ਰੋਜ਼ ਦੇ ਯਾਦ ਕਰੋ ਮਹੀਨੇ ਦਾ 150 ਕੁਸ਼ਚਨ ਹੋ ਜਾਂਦਾ ਹੈ, ਸਾਲ ਦਾ 18,000 ਕੁਸ਼ਚਨ ਹੋ ਜਾਂਦਾ ਹੈ। ਇਸ ਤਰ੍ਹਾਂ ਅਗਰ 18,000 ਕੁਸ਼ਚਨ ਬੱਚਾ ਯਾਦ ਕਰ ਦੇਗਾ ਉਸਦੀ ਨੌਲੇਜ ਉਸਦੀ ਹੋਏਗੀ ਅਤੇ 10 ਸਾਲ ਦੇ ਬਾਅਦ ਉਸਦੀ ਨੌਲੇਜ ਕਿਤਨੀ ਖੁੱਲ੍ਹ ਜਾਏਗੀ। ਇਹ ਇੱਕ ਬੈਸਟ ਤਰੀਕਾ, ਇੱਕ ਅੱਛੇ ਟੀਚਰ ਦੀ ਪਛਾਣ ਹੋਣੀ ਹੈ, ਇੱਕ ਅੱਛੇ ਸਕਾਲਰ ਜਿਹੜਾ ਹੁੰਦਾ ਇਹ ਉਸਦੀ ਪਛਾਣ ਹੁੰਦੀ ਹੈ ਕਿਉਂਕਿ ਪੜ੍ਹਾਈ ਦਾ ਤਰੀਕਾ ਉਸਨੂੰ ਪਤਾ ਹੁੰਦਾ ਜੋ ਪੜ੍ਹਾਈ ਦੇ ਤਰੀਕੇ ਨੂੰ ਜਾਂਦਾ ਹੈ। ਬਿਮਾਰੀ ਦਾ ਨੁਸਖਾ ਜਿਹੜਾ ਡਾਕਟਰ ਹੀ ਜਾਂਦਾ, ਬਾਕੀ ਕੋਈ ਨਹੀਂ ਜਾਂਦਾ। ਮੈਂ ਡਾਕਟਰ ਸਾਹਿਬ ਦੀ ਜਿਹੜੀ ਗੱਲ ਹੈ ਮੇਰੇ ਦਿਲ ਵਿੱਚ, ਇਸ ਕਹੀਂ ਪੇ ਵੀ ਜਾਤੇ ਹੈ ਨਾ ਤੋ ਹਮ ਬੱਚੋਂ ਸੇ ਪੁੱਛੇਂਗੇ ਹਮਾਰਾ ਬੇਟਾ ਕਿਤਨਾ ਹੈ, ਤੁਹਾਡੀ ਪਰਸੈਂਟੇਜ ਕਿਆ ਹੈ, ਜੈਸੇ ਆਪਕੀ 10th ਕੀ ਪਰਸੈਂਟੇਜ ਕਿਤਨੀ ਹੈ ਬੇਟਾ? 80 ਮੰਨ ਲੈਂਦੇ, 80 ਹੈ। ਤੋ ਜਬ ਘਰ ਵਾਲੇ ਪੁੱਛਦੇ ਹੈ 80 ਕਿਉਂ ਆਈ, ਇਹ ਕੰਮ ਕਿਉਂ ਹੈ, ਕੈਸੇ ਰੱਖੇ ਇਸਕੋ, ਉਸਕੇ ਲੀਏ ਮੁਝੇ ਜੈਸੇ ਮੁਝੇ ਹੈਲਪ ਕੀ ਜ਼ਰੂਰਤ ਥੀ, ਬੇਸ਼ੱਕ ਬਾਅਦ ਮੇਂ ਮੈਨੇ ਖਰੀਦ ਲਈ 50,000 ਰੁਪਏ ਕੀ, ਲੇਕਿਨ ਜਬ ਮੁਝੇ ਨੀਡ ਥੀ, ਐਮਰਜੈਂਸੀ ਥੀ, ਬਰਫ ਪੜ ਰਹੀ ਥੀ, ਰਾਤ ਕੇ 2:30 ਵਜੇ। ਅੱਛਾ ਲਗਾ ਆਪਕੇ ਜਜਿਸ ਜੋ ਆਪਕੇ ਬੀਚ ਮੇਂ ਹੈ ਯੂਨਿਕ ਲੱਗ ਰਹੀ ਹੈ, ਆਪ ਸਭ ਸਿਹਤ ਖਰਾਬ ਹੋ ਗਈ ਔਰ ਮੈਂ ਸ਼੍ਰੀਨਗਰ ਲੈ ਗਿਆ। ਇਹ ਮਾਸਟਰ ਜੀ ਪਾਸੋਂ, ਪ੍ਰਧਾਨ ਜੀ ਪਾਸੋਂ ਔਰ ਪ੍ਰੋਫੈਸਰ ਸਾਹਿਬ ਪਾਸੋਂ ਗੁਰਦੁਆਰਾ ਸਾਹਿਬ ਦੇ ਵੀ ਕਿ ਅੱਜ ਪੁਰਾਣੀ ਪੂੰਛ ਦੇ ਗੁਰਦੁਆਰਾ ਸਾਹਿਬ ਵਿੱਚ ਪਗੜੀ ਦਾ ਜਿਹੜਾ ਕੰਪੀਟੀਸ਼ਨ ਕਰਾਇਆ ਗਿਆ ਜਿਹਦੇ ਵਿੱਚ ਛੋਟੇ ਤੋਂ ਲੈ ਕੇ ਬੜੇ ਬੱਚੇ ਤੱਕ ਸਾਰੇ ਬੱਚਿਆਂ ਨੇ ਪਾਰਟੀਸਪੇਟ ਕੀਤਾ ਹੈ। ਇਹ ਸਭ ਜਿਹੜਾ ਸੀਰਾ ਮੇਰੇ ਸੈਕਟਰੀ ਸਾਹਿਬ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਜਿਹੜੇ ਹਨ ਮੇਰੀ ਕਮੇਟੀ ਦੇ ਮੈਂਬਰ ਹਨ, ਇਹ ਉਹਨਾਂ ਦੀ ਸੋਚ ਹੈ ਅਤੇ ਉਹਨਾਂ ਦਾ ਜਿਹੜੇ ਜਿੰਨੀ ਦੌੜ ਭੱਜ ਕੀਤੀ ਹੈ ਉਹਨਾਂ ਨੇ ਕੀਤੀ ਹੈ। ਐਸੇ ਵੀਰ ਜਿਹੜੇ ਕਮੇਟੀ ਦੇ ਵਿੱਚ ਹੋਣ, ਕਮੇਟੀਆਂ ਤਾਂ ਚੱਲਦੀਆਂ, ਤੁਸੀਂ ਦੇਖਦੇ ਹੀ ਹੋ ਕਿ 20 ਤਰੀਕ ਤੋਂ ਲੈ ਕੇ ਜਿਹੜਾ ਸਫਰੇ ਸ਼ਹਾਦਤ ਪ੍ਰੋਗਰਾਮ ਜਿਹੜਾ ਪੁਰਾਣੀ ਪੁੰਜ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ 6 ਤੋਂ 8 ਡੇਲੀ ਹੁੰਦਾ ਹੈ। ਮੈਂ ਬਾਕੀ ਸੰਗਤਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਅੱਜ ਰਾਜ ਦਾ ਦਿਨ ਅਤੇ ਕੱਲ੍ਹ ਦਾ 2 ਦਿਨ ਜਿਹੜਾ ਕੱਲ੍ਹ ਲਾਸਟ ਦਿਨ ਜਿਹੜਾ ਹੈ ਸਾਡੇ ਪ੍ਰੋਗਰਾਮ ਵਿੱਚ ਸਾਰੇ ਪਾਰਟੀਸਪੇਟ ਕਰਨ ਅਤੇ ਜਿਹੜੇ ਬੱਚੇ ਨੇ ਪਾਰਟੀਸਪੇਟ ਕੀਤਾ ਹੈ ਉਹਨਾਂ ਬੱਚਿਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਇਸ ਪਾਰਟੀਸਪੇਟ ਦੇ ਜਿਨ੍ਹਾਂ ਨੇ ਪਗੜੀਆਂ ਦੇ ਵਿੱਚ ਹਿੱਸਾ ਲਿਆ ਉਹ ਬੱਚੇ ਵੀ, ਬਾਕੀ ਜਿਨ੍ਹਾਂ ਬੱਚੇ ਨੇ ਨਹੀਂ ਲਿਆ ਉਹ ਵੀ ਕੱਲ੍ਹ ਦਸਤਾਰਾਂ ਬਣ ਕੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਤਾਂ ਕਿ ਗੁਰੂ ਘਰ ਦੇ ਇਸ ਪ੍ਰੋਗਰਾਮ ਦੀ ਰੂਨ ਪ੍ਰੋਫੈਸਰ ਸਾਹਿਬ ਨੇ ਦੱਸਿਆ ਸਾਰਿਆਂ ਨੂੰ ਬੱਚਿਆਂ ਨੂੰ ਕਿ ਇੱਕ ਐਸਾ ਤਰੀਕਾ ਦੱਸਿਆ ਕਿ ਪੜ੍ਹਾਈ ਦਾ ਪਗੜੀ ਕੰਪੀਟੀਸ਼ਨ ਦੇ ਨਾਲ ਨਾਲ ਜਿਹੜੀ ਪੜ੍ਹਾਈ ਹੈ ਜਿਹੜੀ ਇਸ ਸੰਸਾਰ 'ਤੇ ਵੀ ਜ਼ਰੂਰੀ ਹੈ ਤਾਂ ਹਰ ਆਦਮੀ ਦੇ ਲਈ ਐਜੂਕੇਸ਼ਨ ਚੀਜ਼ ਜਿਹੜੀ ਹੈ ਉਹ ਪੜ੍ਹਾਈ ਹੈ। ਡਾਕਟਰ ਸਾਹਿਬ ਨੇ ਦੱਸਿਆ ਕਿ ਕਿਸ ਨੂੰ ਬੱਚੇ ਨੂੰ ਪੜ੍ਹਨ ਦਾ ਤਰੀਕਾ ਦੱਸਿਆ ਕਿ 5 ਕੁਸ਼ਚਨ ਰੋਜ਼ ਤਿਆਰ ਕੀਤੇ ਜਾਣ, ਮਹੀਨਾ ਦਾ 1.5 ਹੋਏਗਾ, 150 ਕੁਸ਼ਚਨ ਸਾਲ ਦਾ 18,000 ਕੁਸ਼ਚਨ ਬਣ ਜਾਏਗਾ। ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਆਪਣੇ ਬੱਚੇ ਨੂੰ ਪੜ੍ਹਾਓ ਵੀ, ਉਹ ਕੂਵਾਂ ਕਾਮਯਾਬ ਰਹਿੰਦੀਆਂ ਜਿਹੜੀ ਕੂਵਾਂ ਪੜ੍ਹ ਲਿਖ ਕੇ ਹਰ ਮੈਦਾਨ ਦੇ ਵਿੱਚ ਅੱਗੇ ਆਉਂਦੀਆਂ ਹਨ। ਜੋ ਅਨਪੜ੍ਹ ਦੀ ਅੱਜ ਪੜ੍ਹਾਈ ਦਾ ਯੁੱਗ ਚੱਲ ਰਿਹਾ, ਇਸ ਕਰਕੇ ਕੰਪੀਟੀਸ਼ਨ ਦਾ ਯੁੱਗ ਚੱਲ ਰਿਹਾ, ਬੱਚਿਆਂ ਨੂੰ ਪੜ੍ਹਾਈ ਦੇ ਪਾਸੇ ਵੀ ਲਗਾਓ, ਤਾਂ ਜਿਹੜੀ ਹੈ ਆਪਣੇ ਆਪਣੇ ਮਜ਼ਹਬ ਦੀ ਸਿੱਖਿਆ ਹੋਣੀ ਚਾਹੀਦੀ ਹੈ। ਅਗਰ ਸਾਰੇ ਮਜ਼ਹਬ ਆਪਣੇ ਰਸਤੇ 'ਤੇ ਧਰਮ 'ਤੇ ਚੱਲਣਾ ਸ਼ੁਰੂ ਕਰਦੇ ਤਾਂ ਵੈਰ ਵਿਰੋਧ ਜਿਹੜਾ ਸਾਰਾ ਖਤਮ ਹੋ ਜਾਂਦਾ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ, ਨਾ ਕੋਈ ਵੈਰੀ ਨਾ ਹੀ ਮਿਗਾਣਾ, ਸਗਲ ਸੰਗਾਂ ਹਮਕੋ ਬਣਾਈ ਦੇ ਮਾਂ ਪਵਿੱਤਰ ਮਾਂ ਵਾਗ ਜਿਹੜੇ ਹਨ ਉਸਨੂੰ ਫੁੱਲ ਤਦ ਹੀ ਚੜ੍ਹਨਗੇ ਕਿ ਅਸੀਂ ਗੁਰੂ ਨਾਨਕ ਦੇ ਦਸਵੇਂ ਰਸਤੇ 'ਤੇ ਚੱਲਾਂਗੇ। ਜਿੱਥੇ ਤੱਕ ਡਾਕਟਰ ਸਾਹਿਬ ਬਾਕੀ ਡੀਸੂ ਸਾਰੇ ਆਸ਼ਰਮ ਦੇ ਸਾਰਿਆਂ ਦਾ ਪ੍ਰੋਗਰਾਮ ਰੱਖਿਆ ਗਿਆ ਮੈਨੇਜਮੈਂਟ ਕਮੇਟੀ ਪੁਰਾਣੀ ਪੁੰਛ ਵੱਲੋਂ ਇੱਕ ਦਸਤਾਰ ਬੰਦੀ ਦਾ
मैं मुबारकबाद देना इतने बच्चों ने इतने पूरी मैनेजमेंट कमेटी जिन्होंने जिन्हों का फर्ज भी बनता ऐसी कोई गल नहीं जो नुमाइंदे होंगे सिखा दे उन्हों का फर्ज बनता है कि वाकई भी बच्चों को इनकरेजमेंट किया जाए। मेरे ख्याल के अज तक देखा जाए जिन्नी भी कमेटियां जिन्ने भी बड़े सरकार का मेंबर आए साढ़े उन्होंने कहते बच्चों अगे आने की कोशिश नहीं की गई गी ना किसी ओहदे ना किसी आसिफ किसी संस्था के नाल भी साल चाली चाली साल चलते रहे पर कहीं आके स्टेजा पर बोल नहीं सके। अगे वधना सिख कौम लिए मेरे ख्याल बहुत वड्डा एक अज का जो प्रोग्राम मैं देख रहा कि जो बच्चा अगे आके पगड़ी बन के दो लव स्टेज पर अगर कह देवे मैं उस सिख धर्म का मेरे ख्याल उस जबान जो है अगे चलने की कोशिश की जाएगी फतेह तो हो सकती है जे अपने अपने मनुख जो अपने बच्चों अपने बरादरी भाईचारे अगे आने की कोशिश की जाए ताकि हर स्टेज तो हर बच्चा बोले और गुरमत धारनी बोलने की कोशिश की जाए। जे 7 साल के 9 साल के बच्चों ने अपनी शहादत दिती है उस शहादत का यह कि उस जालम के अगे पूरा हक के नाल बोले और इस तरीके बोल के उन्होंने दसिया कि वाकई सिख धर्म के रहने वाला जो इंसान है वो इस तरह है। अज मेरे ख्याल जो मैनेजमेंट कमेटी पुरानी पूंछ ने और भाई साहब इतने सेवा सिख सेवा सोसायटी बलवीर सिंह और सरफराज साहब डॉक्टर साहब साढ़े को पुजे ने यह मैं कह देव कि बच्चा जो है सिख धर्म का हर बच्चा जो है उस स्टेज पर आके बोले और अपनी गल परिपक्ता दे नाल और सुंदर तरीके रखने की कोशिश करे ताकि आने वाला धर्म जो है वह ताइयों फैलता है कि उन्होंने जबान अच्छी होवन वो बोलने की कोशिश करे वधन की कोशिश किए एजुकेशन दे आने वाले कोशिश करे। इन बेनती कहना आप देखियो मैं चाचक हाँ वाहगुरू जी का खालसा वाहगुरू जी की फतेह। अज जो दस्तार कंपीटिशन का प्रोग्राम प्रबंधक कमेटी पुरानी पुंछ गुरद्वारा साहब की प्रबंधक कमेटी ने किया है बड़ा शलांघा योग जो है कदम इन्होंने उठाया है कि सारे मुबारक के मुस्तीक हैं मुबारक के मुस्तीक हैं सारे वो पार्टीसिपेंट बच्चे जिन्होंने कि इस कंपीटिशन हिस्सा लिया है उन्होंने माता पिता जिन्होंने कि बच्चों तैयार किया है बड़ा अच्छा कंपीटिशन होया है बच्चों ने बड़िया सुंदर दस्तारा जो हैं वो सजा के पेश कीतियां हैं जजिज भी सन जिन्होंने कि इस कंपीटिशन जो है पूरा वो अपनी जजमेंट के राही फर्स्ट सैकंड थर्ड के कंसोलेशन प्राइजेज भी दिए जाएंगे फर्स्ट सैकंड थर्ड को भी जिन्हें भी पार्टीसिपेंट सारे प्राइज दिए जाएंगे बहुत शलांघा योग कदम है। मैं कहना हाँ कि इस तरह के प्रोग्राम जगह हर गुरुद्वारे होने चाहिए हैं और एक बार मैं फिर इतने की कमेटी का बहुत बहुत धन्यवादी हाँ जिन्होंने कि बहुत शलांघा योग जो है कदम उठाया है। वाहेगुरू जी का खालसा। गुरुद्वारा प्रबंधक कमेटी के जितने भी मेम्बरांस हैं उनको कि उन्होंने जो ये 4 कैटेगरीज़ में एक दस्तार का एक कंपटीशन रखा कि पगड़ी को कैसे बांधा जाता है मुझे लग रहा है ये बेसिक नीड है ये और बड़ा अच्छा लगा। यहाँ पे मुझे लग रहा है कि 4-5 साल के बच्चे भी थे और बड़े भी थे डिफरेंट कैटेगरीज़ थी बड़ी शौक के साथ वो उसको बांध रहे थे और ये बेसिक नीड है मुझे लग रहा है। और ऐसे काम जैसे प्राणी पुंछ गुरुद्वारा प्रबंधन कमेटी ने शुरू किए हैं मुझे लग रहा है कि सिर्फ सिखिज़्म में नहीं ये इस्लाम में भी करना चाहिए उन्हें और जाके हिंदुइज़्म में भी करना चाहिए अपने अपने रिलीजन को लेके ऐसे प्रमोट करना चाहिए। जिस तरीके से इन्होंने बच्चों को बताया और बच्चे बड़ी खुशी के साथ वो अपनी पगड़ी बांध रहे थे और बड़ा अच्छा भी लग रहा था यहाँ देख के और मुझे बड़ा लगा कि जिस तरीके से मैंने आज इन लोगों से सीखा कि किस तरीके से इन्होंने अपने जितने भी छोटे छोटे बच्चे भी आके उनको बताया कि और जो जजेस थे वो बता रहे थे प्रॉपर वे में चेक कर रहे थे कि पगड़ी यानी कि छोटी छोटी पॉइंट्स को भी नोटिस किया जा रहा था और उसके लिए मैं एक बार फिर इन सबको मुबारकबाद देना चाहूँगा सदा सुजन सर को मुबारकबाद देना चाहूँगा और बड़ा अच्छा लगा मुझे यहाँ आके और मैं अपने तहे दिल से गुरुद्वारा प्रबंधन कमेटी की पूरी टीम को सुजन सर को इन सबको मुबारकबाद देना चाहूँगा और शुक्रिया अदा करूँगा।